ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਪ੍ਰੋਗਰਾਮ ਪ੍ਰਾਈਮ ਟਾਕ ਦੇ ਵਿੱਚ ਮੈਂ ਹਾਂ ਅਵਨੀਤ ਸਿੰਘ ਤੇਜਾ। ਪ੍ਰਾਈਮ ਟਾਕ ਦੇ ਵਿੱਚ ਅਸੀਂ ਵੱਖ ਵੱਖ ਵਿਸ਼ਿਆਂ ਦੇ ਉੱਪਰ ਗੱਲ ਕਰਦੇ ਰਹਿੰਦੇ ਹਾਂ ਅਤੇ ਅੱਜ ਜਿਹੜਾ ਵਿਸ਼ਾ ਅਸੀਂ ਲੈ ਕੇ ਆ ਹਾਜ਼ਰ ਹੋਏ ਹਾਂ ਇਹਦੇ ਬਾਰੇ ਸਾਨੂੰ ਬਹੁਤ ਸਾਰੀਆਂ ਕਾਲਾਂ ਆਉਂਦੀਆਂ ਨੇ, ਬਹੁਤ ਸਾਰੇ ਮੈਸੇਜ ਆਉਂਦੇ ਨੇ। ਅਸਲ ਵਿੱਚ ਕੈਨੇਡਾ ਜਾਂ ਹੋਰ ਵੀ ਕਿਤੇ ਵਿਦੇਸ਼ 'ਚ ਜਾਣ ਲਈ ਲੋਕਾਂ ਦੇ ਨਾਲ ਠੱਗੀਆਂ ਜਿਹੜੀਆਂ ਨੇ ਇਹ ਕੋਈ ਨਵੀਂ ਗੱਲ ਨਹੀਂ, ਲੰਬੇ ਸਮੇਂ ਤੋਂ ਠੱਗੀਆਂ ਹੁੰਦੀਆਂ ਆ ਰਹੀਆਂ ਨੇ। ਪਰ ਹੁਣ ਕੀ ਹੋ ਰਿਹਾ ਕਿ ਕਿਉਂਕਿ ਜ਼ਿਆਦਾਤਰ ਵਿਦਿਆਰਥੀ ਕੈਨੇਡਾ ਆ ਰਹੇ ਨੇ, ਇਸ ਕਰਕੇ ਵਿਦਿਆਰਥੀਆਂ ਦੇ ਨਾਂ ਦੇ ਉੱਪਰ ਜਿਹੜੀਆਂ ਠੱਗੀਆਂ ਦਾ ਸਿਲਸਿਲਾ ਉਹ ਲਗਾਤਾਰ ਜਾਰੀ ਹੈ ਅਤੇ ਇਹਨੂੰ ਠੱਲ ਨਹੀਂ ਪੈ ਰਹੀ। ਹੁਣ ਠੱਗਾਂ ਨੂੰ ਠੱਲ ਪਾਉਣੀ ਇੱਕ ਵੱਖਰਾ ਵਿਸ਼ਾ, ਪਰ ਉਹਨਾਂ ਤੋਂ ਜਾਗਰੂਕ ਹੋਣਾ ਇੱਕ ਵੱਖਰਾ ਵਿਸ਼ਾ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਜਾਗਰੂਕ ਕਰੀਏ ਤਾਂ ਕਿ ਤੁਸੀਂ ਇਹਨਾਂ ਠੱਗਾਂ ਦੇ ਜਾਲ ਦੇ ਵਿੱਚ ਨਾ ਫਸ ਜਾਵੋ। ਇਹਨਾਂ ਠੱਗਾਂ ਬਾਰੇ ਜਾਣਕਾਰੀ ਦੇਣ ਲਈ ਮੇਰੇ ਨਾਲ ਨੇ ਓਮ ਗਲੋਬਲ ਤੋਂ ਪੁਨੀਤ ਖੰਨਾ ਜੀ। ਪੁਨੀਤ ਜੀ ਸਵਾਗਤ ਤੁਹਾਡਾ ਇੱਕ ਵਾਰ ਫਿਰ ਤੋਂ। ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਦੋਂ ਅਸੀਂ ਗੱਲ ਕਰਦੇ ਹਾਂ ਠੱਗੀ ਦੀ, ਠੱਗੀ ਦੇ ਬਹੁਤ ਕੇਸ ਰੋਜ਼ ਹੀ ਵਾਪਰ ਰਹੇ ਆ, ਭਾਵੇਂ ਅਸੀਂ ਪੰਜਾਬ ਦੀ ਗੱਲ ਕਰੀਏ, ਭਾਰਤ ਦੀ ਗੱਲ ਕਰੀਏ ਜਾਂ ਹੋਰ ਖਿੱਤਿਆਂ ਦੀ ਗੱਲ ਕਰੀਏ, ਕੈਨੇਡਾ ਆਉਣ ਦੇ ਚਾਹਵਾਨ ਲੋਕ ਬਹੁਤ ਸਾਰੇ ਨੇ ਅਤੇ ਇਸੇ ਕਾਰਨ ਉਹਨਾਂ ਨਾਲ ਠੱਗੀਆਂ ਵੀ ਵੱਡੀਆਂ ਹੋ ਰਹੀਆਂ ਨੇ। ਤੁਸੀਂ ਦੱਸੋ ਇਹ ਠੱਗੀਆਂ ਕਿਸ ਕਿਸ ਕਿਸਮ ਦੀਆਂ ਠੱਗੀਆਂ ਹੋ ਰਹੀਆਂ ਨੇ, ਖਾਸ ਕਰਕੇ ਜਦੋਂ ਵਿਦਿਆਰਥੀ ਵੀਜ਼ੇ ਦੀ ਗੱਲ ਕਰਦੇ ਹਾਂ? ਅਵਨੀਤ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਕਿ ਹਰ ਫੀਲਡ ਦੇ ਵਿੱਚ, ਚਾਹੇ ਉਹ ਬਾਹਰ ਭੇਜਣ ਵਾਲੇ ਕੰਮ ਦੀ ਗੱਲ ਕਰ ਲਈਏ ਜਾਂ ਕਿਸੇ ਵੀ ਹੋਰ ਚੀਜ਼ ਦੀ ਗੱਲ ਕਰ ਲਈਏ, ਕੁਛ ਲੋਕ ਇੱਦਾਂ ਦੇ ਹਰ ਫੀਲਡ 'ਚ ਅਵੇਲੇਬਲ ਨੇ, ਬਿਲਕੁਲ, ਜਿਨ੍ਹਾਂ ਕਰਕੇ ਉਹ ਪ੍ਰੋਫੈਸ਼ਨ ਬਦਨਾਮ ਹੁੰਦਾ। ਸਹੀ। ਇਸੇ ਤਰ੍ਹਾਂ ਹੁਣ ਇਸ ਇੰਡਸਟਰੀ 'ਚ ਆ ਜਾਈਏ, ਪੰਜਾਬ ਦੇ ਵਿੱਚ ਜੇ ਅੱਜ ਆਪਾਂ ਗੱਲ ਕਰੀਏ, ਹਰ ਦੂਸਰਾ ਸਟੂਡੈਂਟ ਚਾਹੁੰਦਾ ਕਿ ਮੈਂ ਬਾਹਰ ਜਾ ਕੇ ਪੜ੍ਹਾਂ, ਚਾਹੇ ਕੈਨੇਡਾ, ਚਾਹੇ ਆਸਟ੍ਰੇਲੀਆ, ਚਾਹੇ ਕਿਤੇ ਵੀ ਹੋਰ। ਹੁਣ ਉਸ ਚੀਜ਼ ਦਾ ਫਾਇਦਾ ਉਠਾ ਕੇ ਇੱਕ ਸਟੂਡੈਂਟ ਜਿਹੜਾ ਅੱਜ ਤੱਕ ਕਦੀ ਆਪਣੇ ਪਿੰਡ ਤੋਂ ਆਪਣੇ ਸ਼ਹਿਰੋਂ ਬਾਹਰ ਨਹੀਂ ਗਿਆ, ਕਿਸੇ ਇੱਦਾਂ ਦੇ ਬੰਦੇ ਦੇ ਹੱਥ ਚੜ੍ਹ ਜਾਂਦਾ ਜਿਹਨੂੰ ਆਪਾਂ ਨੌਸਰਬਾਜ਼ ਕਹਿ ਲੈਂਦੇ ਹਾਂ, ਠੱਗ ਕਹਿ ਲੈਂਦੇ ਹਾਂ, ਉਹਦੀ ਤਾਂ ਆਲਰੇਡੀ ਸਾਰੀ ਪਲੈਨਿੰਗ ਹੁੰਦੀ ਹੈ। ਸਹੀ। ਸੋ ਜਿੰਨੀ ਮਰਜ਼ੀ ਤੁਸੀਂ ਚੁਸਤੀ ਚਲਾਕੀ ਲੈ ਕੇ ਚੱਲ ਜਾਓ ਉਹਦੇ ਕੋਲ, ਜਿੰਨਾ ਮਰਜ਼ੀ ਸੋਚ ਕੇ ਚੱਲ ਜਾਓ, ਉਹਨੇ ਆਪਣਾ ਹੋਮਵਰਕ ਕੀਤਾ ਹੋਇਆ ਤੁਹਾਨੂੰ ਠੱਗਣ ਲਈ, ਉਹਨੇ ਤੁਹਾਡੀ ਜੇਬ 'ਚੋਂ ਪੈਸੇ ਕਢਾ ਹੀ ਲੈਣੇ ਆ। ਬਿਲਕੁਲ। ਵੱਖਰੇ ਵੱਖਰੇ ਤਰੀਕੇ ਨਾਲ ਵੱਖਰੇ ਵੱਖਰੇ ਰੋਜ਼ ਨਵੀਂ ਚੀਜ਼ ਸਾਹਮਣੇ ਆਉਂਦੀ ਹੈ ਕਿ ਕਿਸ ਤਰ੍ਹਾਂ ਸਟੂਡੈਂਟ ਤੋਂ ਪੈਸੇ ਲਿੱਤੇ ਜਾਂਦੇ ਆ। ਅੱਜ ਮੈਂ ਰੀਸੈਂਟਲੀ, ਕੱਲ੍ਹ ਪਰਸੋਂ ਦੀ ਗੱਲ ਹੈ, ਮੈਨੂੰ ਦੇਖਣ ਨੂੰ ਮਿਲਿਆ, ਹੁਣ ਸਟੂਡੈਂਟ ਨੇ ਉੱਥੇ ਕੀ ਕੀਤਾ ਕਿ ਪੈਸੇ ਦੇਣੇ ਬੰਦ ਕਰਤੇ ਜੀ, ਏਜੰਟ ਨੇ ਕੀ ਕੰਮ ਸ਼ੁਰੂ ਕਰ ਦਿੱਤਾ, ਆਫਰ ਲੈਟਰ ਲੈਂਦੇ ਆ ਕਾਲਜ ਤੋਂ। ਅੱਛਾ ਜੀ। ਆਫਰ ਲੈਟਰ ਲੈ ਕੇ ਕਿਸੇ ਵੀ ਕਾਲਜ ਤੋਂ ਸਟੂਡੈਂਟ ਨੂੰ ਆਫਰ ਲੈਟਰ ਦਿਖਾਈ ਜਾਂਦੀ ਹੈ ਕਿ ਆਹ ਦੇਖ ਤੇਰੀ ਮੈਂ ਆਫਰ ਲੈਟਰ ਮੰਗਾ ਦਿੱਤੀ, ਇਹਦੇ 'ਤੇ ਆਹ ਹੁਣ $15,000 ਫੀਸ ਲਿਖੀ ਹੈ, ਹੁਣ ਤੂੰ ਇਹ $15,000 ਫੀਸ ਭਰਨੀ ਹੈ। ਠੀਕ ਹੈ। ਸਟੂਡੈਂਟ ਕਹਿੰਦਾ ਜੀ ਅਕਾਊਂਟ ਨੰਬਰ ਦਿਓ, ਮੈਨੂੰ ਕੁਛ ਦਿਓ। ਅੱਗੇ ਏਜੰਟ ਆਪਣੇ ਅਕਾਊਂਟ 'ਚ ਉਹ ਪੈਸੇ ਲਈ ਜਾਂਦਾ ਸੀ, ਸਟੂਡੈਂਟ ਦੇਈ ਜਾਂਦਾ ਸੀ। ਹੁਣ ਜਿੱਦਾਂ ਜਿੱਦਾਂ ਅਵੇਅਰਨੈਸ ਵੱਧ ਰਹੀ ਹੈ, ਸਟੂਡੈਂਟ ਨੂੰ ਵੀ ਪਤਾ ਕਿ ਮੈਂ ਇੱਥੇ ਪੈਸੇ ਨਹੀਂ ਦੇਣੇ, ਏਜੰਟ ਨੂੰ ਵੀ ਪਤਾ ਕਿ ਮੈਂ ਇੱਥੇ ਪੈਸੇ ਲਏ ਤੇ ਇਹਨੇ ਦੇਣੇ ਨਹੀਂ, ਨਵਾਂ ਕੰਮ ਸ਼ੁਰੂ ਕਰ ਲਿਆ। ਕੈਨੇਡਾ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਅਕਾਊਂਟ ਖੁਲਾ ਲੈਂਦੇ ਆ, ਕੈਨੇਡਾ ਦੇ ਵਿੱਚ ਕੋਈ ਕੰਪਨੀ ਫਾਰਮ ਕਰਕੇ ਇਨਕਾਰਪੋਰੇਸ਼ਨ ਬਣਾ ਕੇ ਇੱਥੇ। ਅੱਛਾ ਜੀ। ਉਹਦੇ ਵਿੱਚ ਉਹਦਾ ਅਕਾਊਂਟ ਡਿਟੇਲ ਦੇ ਦਿੰਦੇ ਸਟੂਡੈਂਟ ਨੂੰ, ਆਫਰ ਲੈਟਰ ਦੇ ਥੱਲੇ ਆਪ ਹੀ ਛਾਪ ਕੇ। ਅੱਛਾ ਜੀ। ਉਹ ਸਟੂਡੈਂਟ ਨੂੰ ਆਫਰ ਲੈਟਰ ਦਿੱਤੀ ਜਾਂਦੀ ਹੈ, ਸਟੂਡੈਂਟ ਵਿਚਾਰਾ $15,000 ਲੈ ਕੇ ਆਪਣੇ ਬੈਂਕ ਜਾ ਕੇ ਟ੍ਰਾਂਸਫਰ ਕਰਾ ਦਿੰਦਾ ਉਹਨਾਂ ਅਕਾਊਂਟਾਂ ਦੇ ਵਿੱਚ। ਠੀਕ ਹੈ ਜੀ। ਉਸ ਤੋਂ ਬਾਅਦ ਉਹ ਸਟੂਡੈਂਟ ਦਾ ਵੀਜ਼ਾ ਅਪਲਾਈ ਹੋ ਜਾਂਦਾ, ਜਾਂ ਉਹ ਰਿਫਿਊਜ਼ ਹੁੰਦਾ, ਜਾਂ ਉਹ ਨਹੀਂ ਲੱਗਦਾ ਕਿਸੇ ਵੀ ਕਾਰਨ ਤੋਂ, ਅਲਟੀਮੇਟਲੀ ਉਹ ਸਟੂਡੈਂਟ ਕੈਨੇਡਾ ਨਹੀਂ ਜਾਂਦਾ, ਉਹਨੂੰ ਕਹਿੰਦੇ ਤੇਰਾ ਵੀਜ਼ਾ ਰਿਫਿਊਜ਼ ਹੋ ਗਿਆ, ਜਾਂ ਹੁਣ ਤੇਰਾ ਅੱਗੋਂ ਪ੍ਰੋਸੈਸ ਨਹੀਂ ਹੋਣਾ, ਤੇਰੀ ਐਡਮਿਸ਼ਨ ਕਾਲਜ ਨੇ ਕੈਂਸਲ ਕਰਤੀ। ਅੱਛਾ ਜੀ। ਜਾਂ ਸਟੂਡੈਂਟ ਕਹਿੰਦਾ ਕਿ ਮੇਰਾ ਹੁਣ ਜਾਣ ਦਾ ਹੁਣ ਵਿਚਾਰ ਨਹੀਂ ਹੈਗਾ ਜੀ, ਮੈਂ ਕਿਸੇ ਹੋਰ ਚੱਲਾਂ, ਜਾਂ ਮੈਂ ਇੱਥੇ ਐਡਮਿਸ਼ਨ ਲੈ ਲਈ, ਕਹਿੰਦੇ ਬਿਲਕੁਲ ਸਹੀ ਹੈ ਤੇਰੀ ਗੱਲ, ਆਹ ਤੇਰੇ 20% ਪੈਸੇ ਕੱਟ ਕੇ ਕਾਲਜ ਨੇ ਵਾਪਸ ਦੇਣੀ। ਅੱਛਾ। ਸਟੂਡੈਂਟ ਕਹਿੰਦਾ ਜੀ ਮੈਂ ਅਪਲਾਈ ਨਹੀਂ ਕੀਤਾ, ਮੈਂ ਕਿਤੇ ਜਾਣਾ ਨਹੀਂ, ਮੇਰਾ ਵੀਜ਼ਾ ਨਹੀਂ ਰਿਫਿਊਜ਼ ਹੋਇਆ, ਕਿਉਂ 20% ਕੱਟੇ ਜਾਣ? ਨਹੀਂ, ਇਹ ਕਾਲਜ ਦੀ ਪਾਲਿਸੀ ਹੈ, $500 ਉਹ ਵਿਚਾਰਾ ਪਹਿਲਾਂ ਦੇ ਚੁੱਕਾ, ਜਿਹੜੀ ਤੋਂ ਜਿਹੜੀ ਉਹ ਤੋਂ ਪ੍ਰੋਸੈਸਿੰਗ ਫੀਸ ਦੇ ਨਾਂ 'ਤੇ ਲੈ ਲਈ, $15,000-$20,000 ਉਹਦੇ ਤੋਂ ਫੇਰ ਲੈ ਲਿਆ, ਜਿਹਦੇ 'ਚੋਂ 20% ਕੱਟ ਕੇ ਤਾਂ ਉਹਨੂੰ ਬਾਕੀ ਪੈਸੇ ਮੋੜ 'ਤੇ ਜਾਂਦੇ। ਬਿਲਕੁਲ ਬਿਲਕੁਲ ਨਵੇਂ ਤਰ੍ਹਾਂ ਦੀ ਠੱਗੀ ਹੈ, ਅਤੇ ਪ੍ਰਾਈਮ ਏਸ਼ੀਆ ਟੀਵੀ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਇਹਨਾਂ ਠੱਗਾਂ ਤੋਂ, ਇਹਨਾਂ ਨੌਸਰਬਾਜ਼ਾਂ ਤੋਂ ਹਮੇਸ਼ਾ ਜਾਗਰੂਕ ਕਰਦੇ ਰਹੀਏ, ਅਤੇ ਸਾਡੇ ਪੁਨੀਤ ਖੰਨਾ ਵਰਗੇ ਮਹਿਮਾਨ ਜਿਹੜੇ ਆ ਉਹ ਸਾਨੂੰ ਇਹਦੇ ਬਾਰੇ ਬੜੀ ਡਿਟੇਲ ਵਿੱਚ ਜਾਣਕਾਰੀ ਦਿੰਦੇ ਰਹਿੰਦੇ ਆ। ਹੁਣ ਪੁਨੀਤ ਜੀ, ਮੰਨ ਲਓ ਇਸ ਤਰ੍ਹਾਂ ਦੀ ਆਫਰ ਲੈਟਰ ਆ ਗਈ, ਹੁਣ ਸਾਰੇ ਲੋਕ ਪੜ੍ਹੇ ਲਿਖੇ ਨਹੀਂ ਆ, ਬਹੁਤ ਸਾਰੇ ਮਾਪੇ ਇੱਦਾਂ ਦੇ ਆ ਕਿ ਜਿਹੜੇ ਆਪ ਅਨਪੜ੍ਹ ਨੇ ਪਰ ਉਹਨਾਂ ਦੇ ਸੁਪਨੇ ਹੈ ਆਪਣੇ ਬੱਚੇ ਨੂੰ ਪੜ੍ਹਾ ਲਿਖਾ ਕੇ ਕੈਨੇਡਾ ਸੈਟਲ ਕਰਨ ਦੇ ਆ, ਹੁਣ ਇਹ ਅਜਿਹੇ ਲੋਕਾਂ ਤੋਂ ਬਚਿਆ ਕਿਵੇਂ ਜਾਵੇ, ਕਿਉਂਕਿ ਉਹ ਜ਼ਰੂਰੀ ਹੈ ਸਾਡੇ ਵਾਸਤੇ। ਸਰ, ਗਲਾ ਬਹਿ ਗਿਆ ਮੇਰਾ ਤਾਂ ਰੌਲਾ ਪਾ ਪਾ ਕੇ, ਜਦੋਂ ਮੈਂ ਇੰਡੀਆ ਸੀਗਾ, ਪੰਜਾਬ ਸੀਗਾ, ਉਦੋਂ ਵੀ ਜਦੋਂ ਦਾ ਇੱਥੇ ਆਇਆ, ਪਿਛਲੇ 15-20 ਦਿਨ ਤੋਂ ਆਪਾਂ ਪਿਛਲੇ ਸ਼ੋਅ 'ਚ ਵੀ ਇਹ ਗੱਲ ਕੀਤੀ ਸੀ, ਫਿਰ ਦੁਬਾਰਾ ਵੀ ਮੈਂ ਫੇਸਬੁੱਕ 'ਤੇ ਵੀ ਰੈਗੂਲਰਲੀ ਪੋਸਟ ਪੈਂਦੀਆਂ, ਇੰਸਟਾਗ੍ਰਾਮ, ਫੇਸਬੁੱਕ, ਹਰ ਜਗ੍ਹਾ 'ਤੇ ਵਾਰ ਵਾਰ ਕਹਿ ਕੇ ਗਲਾ ਸੁੱਕ ਗਿਆ, ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦਿਓ ਜੀ। ਠੱਗੀ ਕਿਸ ਚੀਜ਼ ਦੀ ਹੋਊਗੀ? ਕੋਈ ਕਿਸੇ ਨੇ ਤੁਹਾਡਾ ਪਾ
ਉਹ ਬੰਦਾ ਜਿਹੜਾ ਆਪਣਾ ਟਾਈਮ ਲਾ ਰਿਹਾ ਤੁਹਾਡੇ 'ਤੇ, ਜਿਹੜਾ ਇਹ ਪਲਾਨ ਕਰ ਰਿਹਾ ਕਿ ਤੁਹਾਨੂੰ ਕਿੱਦਾਂ ਲੁੱਟਣਾ, ਉਹਨੇ ਪੈਸਿਆਂ ਰਾਹੀਂ ਹੀ ਲੁੱਟਣਾ, ਹੋਰ ਤਾਂ ਕਿਸੇ ਤਰ੍ਹਾਂ ਦੀ ਲੁੱਟ ਹੈ ਹੀ ਨਹੀਂ। ਸਹੀ। ਅਤੇ ਜਦ ਤੁਸੀਂ ਪੈਸੇ ਦੇਣੇ ਹੀ ਉਦੋਂ ਹੈ ਜਦੋਂ ਤੁਹਾਡੇ ਪਾਸਪੋਰਟ ਦੇ ਉੱਤੇ ਤੁਹਾਨੂੰ ਕੈਨੇਡਾ ਦਾ ਵੀਜ਼ਾ ਲੱਗਾ ਦਿਸ ਗਿਆ। ਜੀ। ਉਹ ਵੀਜ਼ਾ ਜਿਹੜਾ ਤੁਸੀਂ ਆਪ ਬਾਇਓਮੈਟ੍ਰਿਕ ਜਾ ਕੇ ਕਰਾਇਆ, ਉਹ ਤਾਂ ਚਲੋ ਸਟਿੱਕਰ ਸਟੁੱਕਰ ਵੀ ਬੜੇ ਲੱਗਦੇ ਰਹੇ ਪੰਜਾਬ ਦੇ ਵਿੱਚ, ਬਿਲਕੁਲ, ਉਹ ਵੀਜ਼ਾ ਜਿਹੜਾ ਤੁਸੀਂ ਆਪ ਬਾਇਓਮੈਟ੍ਰਿਕ ਜਾ ਕੇ ਕਰਾਈ ਐਮਬੈਸੀ ਦੇ ਵਿੱਚ, ਪਾਸਪੋਰਟ ਜਮ੍ਹਾਂ ਕਰਾਇਆ, ਪਾਸਪੋਰਟ ਰਿਕੁਐਸਟ ਆਈ, ਉਸ ਤੋਂ ਬਾਅਦ ਪਾਸਪੋਰਟ ਦੇ ਉੱਤੇ ਸਟਿੱਕਰ ਲੱਗ ਕੇ ਆ ਗਿਆ, ਜਦੋਂ ਤੱਕ ਤੁਸੀਂ ਉਹ ਵੀਜ਼ਾ ਨਹੀਂ ਦੇਖ ਲੈਂਦੇ, ਉਦੋਂ ਤੱਕ ਜਦੋਂ ਤੁਸੀਂ ਪੈਸੇ ਹੀ ਨਹੀਂ ਦਿਓਗੇ ਤਾਂ ਠੱਗੀ ਕਿੱਦਾਂ ਹੋਊਗੀ। ਬਿਲਕੁਲ। ਇਹੀ ਚੀਜ਼ ਬਾਰ 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 ਬਾਰ, ਚਾਹੇ ਓਮ ਗਲੋਬਲ ਹੈ, ਚਾਹੇ ਹੋਰ ਕੰਪਨੀਆਂ ਨੇ, ਦੋ ਚਾਰ ਪੰਜਾਬ ਦੇ ਵਿੱਚ ਜਿਹੜੀਆਂ ਰੋਜ਼ ਕਹਿੰਦੀਆਂ, ਅਖਬਾਰਾਂ ਦੇਖ ਲਓ, ਟੀਵੀ ਦੇਖ ਲਓ, ਫੇਸਬੁੱਕ ਦੇਖ ਲਓ, ਕਿ ਪੈਸੇ ਤੁਸੀਂ ਉਦੋਂ ਦੇਣੇ ਆ ਜਦੋਂ ਤੁਹਾਡਾ ਵੀਜ਼ਾ ਲੱਗ ਗਿਆ। ਜੀ। ਜਦੋਂ ਤੱਕ ਤੁਹਾਡਾ ਵੀਜ਼ਾ ਨਹੀਂ ਲੱਗਦਾ, ਕੋਈ ਐਮਬੈਸੀ ਫੀਸ ਨਹੀਂ, ਕੋਈ ਪ੍ਰੋਸੈਸਿੰਗ ਫੀਸ ਨਹੀਂ, ਕਿਸੇ ਕਾਲਜ ਦੀ ਐਪਲੀਕੇਸ਼ਨ ਫੀਸ ਨਹੀਂ, ਕਾਲਜ ਨੂੰ ਫੀਸ ਨਹੀਂ ਭੇਜਣੀ, ਕਿਤੇ ਕੋਈ ਪੈਸਾ ਨਹੀਂ ਭੇਜਣਾ ਤੁਸੀਂ, ਫਿਰ ਠੱਗੀ ਕਿੱਦਾਂ ਹੋ ਜੂਗੀ। ਬਿਲਕੁਲ। ਇੱਕ ਹੋਰ ਠੱਗੀ ਜਿਹੜੀ ਉਹ ਸਾਹਮਣੇ ਆਈ ਸੀ, ਮੈਂ ਤੁਹਾਡੇ ਨਾਲ ਉਹਦਾ ਜ਼ਿਕਰ ਕਰਨਾ ਚਾਹੁੰਦਾ, ਤੁਸੀਂ ਭਲੀ ਭਾਂਤ ਜਾਣੂ ਹੋਵੋਗੇ। ਬਹੁਤ ਸਾਰੇ ਇਸ਼ਤਿਹਾਰ ਇੱਦਾਂ ਦੇ ਛਪਦੇ ਆ ਜਾਂ ਕੰਧਾਂ ਉੱਪਰ ਲਗਾਏ ਹੁੰਦੇ ਪੋਸਟਰ ਜਿਹੜੇ ਆਪਾਂ ਪੰਜਾਬ ਦੇ ਵਿੱਚ ਜਾਂ ਹੋਰ ਸ਼ਹਿਰਾਂ ਦੇ ਵਿੱਚ, ਉਹਦੇ ਵਿੱਚ ਕਿਹਾ ਜਾਂਦਾ ਕਿ ਸ਼ੁਰੂ ਵਿੱਚ ਤੁਸੀਂ ਸਿਰਫ 20,000 ਰੁਪਇਆ ਦੇਣਾ, ਬਾਕੀ ਸਾਰੇ ਪੈਸੇ ਤੁਹਾਡਾ ਵੀਜ਼ਾ ਲੱਗਣ ਤੋਂ ਬਾਅਦ। 20,000 ਰੁਪਇਆ ਲੈ ਕੇ ਅੰਦਰ ਕਰ ਲਿਆ, ਫਾਰਮ ਭਰਿਆ ਨਹੀਂ ਭਰਿਆ, ਅਪਲਾਈ ਕੀਤਾ ਨਹੀਂ ਕੀਤਾ, ਕਿਉਂਕਿ ਉਹ ਠੱਗੀ ਜਿਹੜੀ 20,000 ਦਾ ਰੌਲਾ ਘੱਟ ਪੈਂਦਾ, ਇਸ ਤਰ੍ਹਾਂ ਦੀ ਠੱਗੀ ਵੀ ਹੋ ਰਹੀ ਹੈ, ਉਹਦੇ ਬਾਰੇ ਥੋੜ੍ਹਾ ਜਾਣਕਾਰੀ ਦਿਓ ਜੀ। ਦੇਖੋ ਅਵਨੀਤ ਜੀ, ਬੜਾ ਸੌਖਾ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਕਿ ਕਈ ਇਸ਼ਤਿਹਾਰ ਇੱਦਾਂ ਦੇ ਨੇ, ਹੁਣ ਜਿੱਦਾਂ ਫੀਸ ਆਫਟਰ ਵੀਜ਼ਾ 'ਤੇ ਵੀ ਲੋਕਾਂ ਨੂੰ ਟਰੱਸਟ ਕਿਉਂ ਨਹੀਂ ਹੁੰਦਾ, ਉਹ ਕਿੱਦਾਂ ਕਹਿ ਦਿੰਦੇ ਆ ਫੀਸ ਆਫਟਰ ਵੀਜ਼ਾ, ਜਦੋਂ ਇਹਨਾਂ ਦੇ ਆਫਿਸ ਪਹੁੰਚਦੇ ਆ ਉਦੋਂ ਇਹ 20,000 ਮੰਗਦੇ ਆ, 10,000 ਮੰਗਦੇ ਆ। ਔਰ ਸਟੂਡੈਂਟ ਮੰਨ ਲਓ ਜਿਹੜਾ ਬਠਿੰਡਿਓ ਬਰਨਾਲਿਓ ਤੁਰ ਕੇ ਚੰਡੀਗੜ੍ਹ ਪਹੁੰਚਿਆ, ਉਹ ਕਹਿੰਦਾ ਐਡੀ ਦੂਰ ਆਇਆ ਵਾਂ, ਗੱਲ ਮੈਨੂੰ ਇਹਨਾਂ ਦੀ ਸਮਝ ਲੱਗਦੀ ਆ, ਚਲੋ 20,000 ਹੀ ਮੰਗਦਾ ਪਿਆ, 20,000 ਦੇ ਦਿੰਦਾ। ਰੋਜ਼ ਦਾ ਇੱਕ ਬੱਚਾ ਵੀ 20,000 ਆ ਕੇ ਦੇਈ ਜਾਵੇ ਚੰਡੀਗੜ੍ਹ ਵਾਲੇ ਦਫ਼ਤਰ ਵਾਲੇ ਨੂੰ, ਤਾਂ ਤੁਸੀਂ ਹਿਸਾਬ ਲਾ ਲਓ ਕਿ ਕਿੱਥੇ ਪਹੁੰਚ ਜਾਂਦੀ ਕਹਾਣੀ। ਔਰ ਜਦੋਂ 20,000 ਤੁਸੀਂ ਦੇ ਦਿੱਤਾ, ਉਸ ਤੋਂ ਬਾਅਦ ਤੁਹਾਡਾ ਪ੍ਰੋਸੈਸ ਹੋ ਰਿਹਾ ਨਹੀਂ ਹੋ ਰਿਹਾ, ਕਿੰਨੇ ਕੁ ਗੇੜੇ ਤੁਸੀਂ ਬਠਿੰਡਿਓ ਮਾਰ ਲਓਗੇ ਚੰਡੀਗੜ੍ਹ ਦੇ ਉਸ 20,000 ਪਿੱਛੇ, ਕਿਉਂਕਿ ਜਿੱਦਣ ਆਉਣਾ ਪੈਸੇ ਮੰਗਣ ਆਉਣਾ ਜਾਂ ਫਾਈਲ ਲਵਾਉਣ ਆਉਣਾ ਕੋਈ ਵੀ ਕੰਮ ਕਰਨ ਆਉਣਾ, ਉੱਦਣ ਦੀ ਉਹ ਦਿਹਾੜੀ ਗਈ। ਬਿਲਕੁਲ। 3-4 ਘੰਟੇ ਤੁਹਾਡੇ ਆਉਣ ਦੇ ਲੱਗ ਜਾਣੇ, 3-4 ਘੰਟੇ ਜਾਣ ਦੇ ਲੱਗ ਜਾਣੇ, ਫਿਰ ਜਦੋਂ ਤੁਸੀਂ 20,000 ਜਿੰਨੀ ਦੇਰ ਤੱਕ ਤਾਂ ਨਹੀਂ ਦਿੱਤਾ, ਉਨੀ ਦੇਰ ਤੱਕ ਤਾਂ ਤੁਸੀਂ ਪ੍ਰਾਇਰਿਟੀ ਦਿਓ, ਦਫ਼ਤਰ ਪਹੁੰਚੋ, ਆਉਂਦੇ ਹੀ ਤੁਹਾਨੂੰ ਚਾਹ ਪਾਣੀ ਵੀ ਪੁੱਛਿਆ ਜਾਂਦਾ, ਮਿਲਿਆ ਵੀ ਜਾਂਦਾ। ਬਿਲਕੁਲ। ਜਦੋਂ ਜਿੱਦਣ ਤੁਸੀਂ ਉਹ 20,000 ਦੇ ਦਿੱਤਾ, ਉਸ ਦਿਨ ਤੋਂ ਬਾਅਦ ਤੁਸੀਂ ਵੇਟਿੰਗ ਲਾਈਨ 'ਚ ਬੈਠੇ ਹੋ, ਤੁਹਾਡੀ ਵਾਰੀ ਨਹੀਂ ਆਉਣੀ। ਸਹੀ। ਤੁਹਾਡੀ ਵਾਰੀ ਉਦੋਂ ਆਉਣੀ ਹੈ ਜਿੰਨੀ ਜਦੋਂ ਤੱਕ ਉਹ 20,000 ਵਾਲੇ ਹਜੇ ਦੇਈ ਜਾਂਦੇ, ਉਨੀ ਦੇਰ ਤੱਕ ਤੁਹਾਡੀ ਵਾਰੀ ਨਹੀਂ ਆਉਣੀ, ਵਾਰੀ ਉਦੋਂ ਆਉਣੀ ਹੈ ਜਦੋਂ ਉਹ ਮੁੱਕ ਗਏ ਕਿ ਹੁਣ ਯਾਰ ਇਹਦੀ ਗੱਲ ਵੀ ਸੁਣ ਲਈ। ਬਿਲਕੁਲ ਸਹੀ। ਸੋ 20,000, 10,000, 15,000 ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੈਸਾ ਜੇ ਪਹਿਲਾਂ ਲੱਗ ਰਿਹਾ, ਇਹਦਾ ਮਤਲਬ ਤੁਸੀਂ ਆਪ ਜ਼ਿੰਮੇਵਾਰ ਹੋਣ ਲੱਗੇ ਹੋ ਹੁਣ ਉਹ ਠੱਗੀ ਕਰਾਉਣ ਦੇ। ਬਿਲਕੁਲ। ਤੁਸੀਂ ਰਿਸਪੋਂਸੀਬਲ ਹੋ ਆਪਣੇ ਉਸ ਪੈਸਿਆਂ ਦੇ, ਤੁਸੀਂ ਕੱਲ੍ਹ ਨੂੰ ਕਿਸੇ ਦਾ ਕਸੂਰ ਨਹੀਂ ਕੱਢਣਾ ਕਿ ਫਲਾਨੇ ਏਜੰਟ ਨੇ ਮੇਰੇ ਨਾਲ ਠੱਗੀ ਕਰ ਲਈ, ਹੁਣ ਮੈਂ SSP ਨੂੰ ਦਰਖਾਸਤ ਦਊਂਗਾ, ਹੁਣ ਮੈਂ ਇਹ ਕਰੂੰਗਾ ਵੋ ਕਰੂੰਗਾ, ਪਹਿਲਾਂ ਹੀ ਬਚਾਅ ਕਰ ਲਓ ਆਪਣਾ। ਕਹਿੰਦੇ ਆ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ, ਕਿ ਜਦ ਪਤਾ ਕਿ ਇਹ ਚੀਜ਼ ਹੋਣੀ ਹੈ ਫਿਰ ਆਪਾਂ ਉਸ ਰਾਹ 'ਤੇ ਕਿਉਂ ਤੁਰਦੇ ਹਾਂ, ਫਿਰ ਆਪਾਂ ਕਿਉਂ ਉਸ ਚੀਜ਼ ਨੂੰ ਆਪ ਹੀ ਸੱਦਾ ਦਿੰਦੇ ਹਾਂ, ਫਿਰ ਤਾਂ ਕਿ ਅਸੀਂ ਕੱਲ੍ਹ ਨੂੰ ਕਿਸੇ ਨੂੰ ਚੰਗਾ ਮਾੜਾ ਕਹੀਏ, ਉਹਦੇ ਘਰ ਗੇੜੇ ਮਾਰੀਏ, ਉਹਦੇ ਦਫ਼ਤਰ ਗੇੜੇ ਮਾਰੀਏ, ਪੈਸੇ ਕਿਸੇ ਦੀ ਜੇਬ 'ਚੋਂ ਕਢਾਉਣੇ ਵਾਪਸ ਬੜੇ ਔਖੇ ਆ ਜੀ। ਬਿਲਕੁਲ। ਇਸ ਲਈ ਪਹਿਲਾਂ ਪੈਸੇ ਦਿਓਗੇ ਅਤੇ ਠੱਗੀ ਦੇ ਸ਼ਿਕਾਰ ਹੋਊਗੇ ਜੀ। ਹੁਣ ਬਹੁਤ ਸਾਰੇ ਸਾਡੇ ਦਰਸ਼ਕਾਂ ਦੇ ਮਨਾਂ ਦੇ ਵਿੱਚ ਸਵਾਲ ਵੀ ਹੋਣਗੇ, ਉਹ ਤੁਹਾਡੇ ਨਾਲ ਸਿੱਧਾ ਸੰਪਰਕ ਵੀ ਸਥਾਪਿਤ ਕਰਨਾ ਚਾਹੁੰਦੇ ਹੋਣਗੇ, ਕਿੱਦਾਂ ਸੰਪਰਕ ਕੀਤਾ ਜਾ ਸਕਦਾ ਤਾਂ ਕਿ ਅਵੇਅਰਨੈਸ ਜਿਹੜੀ ਉਹਨਾਂ ਨੂੰ ਮਿਲ ਸਕੇ ਇਹਦੇ ਬਾਰੇ? ਅਵਨੀਤ ਜੀ, ਜਲੰਧਰ ਕਾਲ ਸੈਂਟਰ ਦਾ ਨੰਬਰ ਹੈਗਾ 9216-9167, ਇਹ ਇੰਡੀਆ ਦੇ ਵਿੱਚ ਤੁਸੀਂ ਕਿਤੋਂ ਵੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਇਸ ਨੰਬਰ ਦੇ ਉੱਤੇ ਕੰਟੈਕਟ ਕਰਕੇ ਆਪਣੀ ਅਪੁਆਇੰਟਮੈਂਟ ਬਣਾਓ, ਬ੍ਰਾਂਚਿਸ ਦੇ ਵਿੱਚ ਵਿਜ਼ਿਟ ਕਰੋ, ਜਲੰਧਰ, ਚੰਡੀਗੜ੍ਹ, ਅੰਮ੍ਰਿਤਸਰ, ਕਰਨਾਲ, ਯਮੁਨਾਨਗਰ, ਹਰ ਬ੍ਰਾਂਚ ਦੇ ਵਿੱਚ ਤੁਸੀਂ ਜਾ ਕੇ ਵਿਜ਼ਿਟ ਕਰ ਸਕਦੇ ਹੋ। ਕਿਸੇ ਵੀ ਬ੍ਰਾਂਚ ਤੁਹਾਡੇ ਤੋਂ ਕੋਈ ਪੈਸਾ ਪਹਿਲਾਂ ਮੰਗਿਆ ਜਾਂਦਾ ਤਾਂ ਤੁਸੀਂ ਮੈਨੂੰ ਫੋਨ ਕਰਕੇ ਦੱਸ ਸਕਦੇ ਹੋ, ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ, ਈਮੇਲ ਕਰਕੇ ਦੱਸ ਸਕਦੇ ਹੋ। ਮੇਰਾ ਈਮੇਲ ਆਈਡੀ ਹੈ puneet@omglobal.com। ਕੋਈ ਵੀ ਪੈਸਾ ਤੁਹਾਡੇ ਤੋਂ ਪਹਿਲਾਂ ਸਪੈਲਿੰਗ ਜ਼ਰੂਰ ਕਰ ਦਿਓ, ਉਹ ਬਹੁਤ ਭਲੇਖਾ ਲੱਗਦਾ ਜੀ, aumglobal.com ਜੀ, ਨਹੀਂ ਤਾਂ 9216-9167 'ਤੇ ਫੋਨ ਕਰ ਲਓ। ਅਗਲੇ ਕੁਛ ਦਿਨ ਮੈਂ ਕੈਨੇਡਾ ਵਾਂ, ਤੁਸੀਂ ਕੈਨੇਡਾ ਦੇ ਨੰਬਰ 'ਤੇ ਮੈਨੂੰ ਕੰਟੈਕਟ ਕਰ ਸਕਦੇ ਹੋ 2899-9366। ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਪ੍ਰੋਬਲਮ ਹੈ, ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਮੇਰੀ ਕਿਸੇ ਬ੍ਰਾਂਚ 'ਚੋਂ ਸਰਵਿਸ ਨਹੀਂ ਮਿਲਦੀ ਜਾਂ ਪੈਸੇ ਮੰਗੇ ਜਾਂਦੇ ਆ, ਉਹਦੀ ਮੇਰੇ ਨਾਲ ਫੋਨ 'ਤੇ ਗੱਲ ਕਰਾ ਦਿਓ ਕਿ ਭਾਈ ਇਹ ਬੰਦਾ ਤੁਹਾਡੀ ਬ੍ਰਾਂਚ ਸਾਡੇ ਤੋਂ ਪੈਸੇ ਮੰਗ ਰਿਹਾ ਪਹਿਲਾਂ। ਪਨੀਤ ਜੀ, ਜਦੋਂ ਠੱਗੀਆਂ ਦੀ ਗੱਲ ਕਰਦੇ ਹਾਂ, ਠੱਗੀ ਛੋਟੀ ਤੋਂ ਲੈ ਕੇ ਵੱਡੇ ਹਰੇਕ ਤਰ੍ਹਾਂ ਦੀ ਹੁੰਦੀ ਹੈ, ਖਾਸ ਕਰਕੇ ਵਿਦੇਸ਼ ਭੇਜਣ ਦੇ ਨਾਂ 'ਤੇ ਉੱਪਰ।
ਕੁਛ ਇਦਾਂ ਤਰ੍ਹਾਂ ਇਸ ਤਰ੍ਹਾਂ ਦੇ ਲੋਕ ਵੀ ਹੈਗੇ ਨੇ ਜਿਨ੍ਹਾਂ ਨੇ ਸਿਰਫ ਇੱਕ ਰਸੀਦ ਬੁੱਕ ਰੱਖੀ ਹੁੰਦੀ ਹੈ ਜਦੋਂ ਉਹਨਾਂ ਕੋਲ ਕੋਈ ਜਾਂਦਾ ਕਹਿੰਦੇ ਤੂੰ 500 ਦੀ ਰਸੀਦ ਕਟਾ ਉਸ ਤੋਂ ਬਾਅਦ ਅਸੀਂ ਵੇਖਦੇ ਤਰ੍ਹਾਂ ਕੇਸ ਕਿਸ ਤਰ੍ਹਾਂ ਲੱਗ ਸਕਦਾ ਕਿਹੜੀ ਕੈਟਾਗਰੀ ਵਿੱਚ ਲੱਗ ਸਕਦਾ ਜਿਹੜਾ 500 ਰੁਪਏ ਦੀ ਪਰਚੀ ਉਹ ਪੀਲੇ ਰੰਗ ਦੀ ਫੜਾ ਦਿੰਦੇ ਆ ਲਾਲ ਰੰਗ ਦੀ ਜਾਂ ਗੁਲਾਬੀ ਰੰਗ ਦੀ ਇਹ ਕੀ ਕਿਸ ਤਰ੍ਹਾਂ ਦੀ ਠੱਗੀ ਹੈ ਜੀ ਦੇਖੋ 500 ਰੁਪਏ ਦੀ ਆਹ ਰਸੀਦ ਜਾਂ ਕਈ ਲੋਕਾਂ ਨੇ ਮਿਲਣ ਦੇ ਪੈਸੇ ਰੱਖ ਲਏ ਆ ਜੀ ਮੈਂ 2-4 ਏਜੰਟ ਜਾਣਦਾ ਵਾ ਜਿਹੜੇ ਕਹਿੰਦੇ ਕਿ ਜੇ ਤੁਸੀਂ ਸਾਨੂੰ ਮਿਲਣਾ ਤੇ ਉਸ ਤੋਂ ਬਾਅਦ ਸਾਨੂੰ ਪੈਸੇ ਦਿਓ 1000 ਰੁਪਇਆ 1500 ਰੁਪਇਆ ਮਿਲਣ ਦੇ ਪੈਸੇ ਰੱਖ ਲਏ ਜੀ ਅਲਟੀਮੇਟਲੀ ਇੱਕ ਗੱਲ ਸਮਝ ਲਓ ਕਿ ਤੁਸੀਂ ਜੇ ਕਿਸੇ ਤੋਂ ਵੀ ਆਪਣਾ ਵੀਜ਼ਾ ਲਵਾਉਂਦੇ ਹੋ ਚਾਹੇ ਮੇਤੋਂ ਲਵਾਉਂਦੇ ਹੋ ਚਾਹੇ ਕਿਸੇ ਤੋਂ ਵੀ ਲਵਾਉਂਦੇ ਹੋ ਤੁਸੀਂ ਇੱਕ ਕਸਟਮਰ ਹੋ ਜੀ ਤੁਸੀਂ ਉਸ ਬੰਦੇ ਨੂੰ ਪੈਸੇ ਦਿੰਦੇ ਹੋ ਉਹਦੀ ਦੁਕਾਨਦਾਰੀ ਉਹਦਾ ਘਰ ਉਹਨਾਂ ਪੈਸਿਆਂ ਨਾਲ ਚੱਲਦਾ ਜਿਹੜੇ ਤੁਸੀਂ ਉਹਨੂੰ ਪੈਸੇ ਦਿੰਦੇ ਹੋ ਸੋ ਜਿੰਨੀ ਲੋੜ ਤੁਹਾਨੂੰ ਉਸ ਕੰਸਲਟੈਂਟ ਦੀ ਬਾਹਰ ਜਾਣ ਲਈ ਹੈ ਉਨੀ ਹੀ ਲੋੜ ਉਸ ਕੰਸਲਟੈਂਟ ਨੂੰ ਵੀ ਤੁਹਾਡੀ ਹੈ ਬਿਲਕੁਲ ਸਹੀ ਜਿਸ ਦਿਨ ਕਿਸੇ ਏਜੰਟ ਦਾ ਬਾਈਕਾਟ ਕਰ ਦੂਗੀ ਜਨਤਾ ਕਿ ਨਹੀਂ ਜੀ ਅਸੀਂ ਇਹਦੇ ਕੋਲ ਨਹੀਂ ਜਾਣਾ ਇਹਦੇ ਕੋਲ ਰਿਜ਼ਲਟ ਨਹੀਂ ਹੈਗਾ ਉਸ ਦਿਨ ਉਹਦਾ ਵਪਾਰ ਬੰਦ ਹੋ ਜੂਗਾ ਉਸ ਦਿਨ ਉਹਦਾ ਕੰਮ ਬੰਦ ਹੋ ਜੂਗਾ ਸੋ ਅੱਜ ਜਿਹੜਾ ਬੰਦਾ ਮਿਲਣ ਦੇ ਪੈਸੇ ਲਈ ਜਾਂਦਾ ਤੁਹਾਡੇ ਤੋਂ ਉਹ ਕੱਲ੍ਹ ਵਾਜਾ ਮਾਰ ਮਾਰ ਘਰ ਆ ਕੇ ਕਹੂਗਾ ਕਿ ਮੈਨੂੰ ਕਾਗਜ਼ ਦਿਖਾ ਦਿਓ ਮੈਂ ਤੁਹਾਡਾ ਵੀਜ਼ਾ ਅਪਲਾਈ ਕਰ ਦਿੰਦਾ ਸਹੀ ਸੋ ਜਿਹੜੀ ਪਰਚੀ ਦੀ ਗੱਲ ਹੈ ਕਿ ਰਸੀਦ ਕੱਟਣ ਵਾਲੀ ਗੱਲ ਹੈ ਉਹ ਪਰਚੀਆਂ ਛਾਪਣੀਆਂ ਬਹੁਤ ਸੌਖੀਆਂ ਲੋਕ ਬੈਠੇ ਉੱਥੇ ਆਫਰ ਲੈਟਰਾਂ ਲੈਟਰ ਆਫ ਅਸੈਪਟੈਂਸ ਕਾਲਜਾਂ ਦੀ ਛਾਪ ਛਾਪ ਦੇਈ ਜਾਂਦੇ ਆ ਕਿ ਆਹ ਦੇਖ ਆਹ ਤੇਰੀ ਆਫਰ ਲੈਟਰ ਆ ਗਈ ਆਹ ਦੇਖ ਤੇਰੀ COE ਆ ਗਈ ਕਿਸੇ ਵੀ ਬੱਚੇ ਨੂੰ ਕਿਸੇ ਵੀ ਸਟੂਡੈਂਟ ਨੂੰ ਤੁਹਾਨੂੰ ਜੇ ਕਿਸੇ ਏਜੰਟ ਤੋਂ ਆਫਰ ਲੈਟਰ ਮਿਲਦੀ ਹੈ ਜਾਂ ਲੈਟਰ ਆਫ ਅਸੈਪਟੈਂਸ ਮਿਲਦੀ ਹੈ ਜੇ ਤੁਸੀਂ ਕੋਈ ਪੈਸਾ ਦੇ ਹੀ ਚੁੱਕੇ ਹੋ ਆਲਰੇਡੀ ਉਹਨੂੰ ਵੈਰੀਫਾਈ ਕਰ ਲਓ ਕਾਲਜ ਦੀ ਈਮੇਲ ID ਹਰ ਵੈਬਸਾਈਟ ਦੇ ਉੱਤੇ ਹੁੰਦੀ ਹੈ ਔਨਲਾਈਨ ਜਾਓ ਜਾ ਕੇ ਕਾਲਜ ਦਾ ਨਾਮ ਪਾ ਕੇ ਸਰਚ ਕਰ ਲਓ ਤੁਹਾਨੂੰ ਉਹਦੀ ਈਮੇਲ ID ਮਿਲ ਜੂਗੀ ਉਹਨਾਂ ਨੂੰ ਮੇਲ ਪਾ ਕੇ ਇੰਨਾ ਪੁੱਛ ਲਓ ਕਿ ਆਫਰ ਲੈਟਰ ਤੁਸੀਂ ਇਸ਼ੂ ਕੀਤੀ ਹੈ ਇਹ ਲੈਟਰ ਆਫ ਅਸੈਪਟੈਂਸ ਤੁਸੀਂ ਇਸ਼ੂ ਕੀਤੀ ਹੈ ਜੇ ਤੁਹਾਨੂੰ ਕਾਲਜ ਨੇ ਉਹ ਲੈਟਰ ਆਫ ਅਸੈਪਟੈਂਸ ਦਿੱਤੀ ਆਫਰ ਲੈਟਰ ਦਿੱਤੀ ਫਿਰ ਅੱਗੇ ਪ੍ਰੋਸੀਡ ਕਰੋ ਬਿਨਾਂ ਦੇਖੇ ਬਿਨਾਂ ਸੋਚੇ ਕਿ ਹਾਂ ਆਹ ਛਾਪ ਕੇ ਦੇਤੀ ਰੈਗੂਲਰ ਕੈਨੇਡਾ ਦੇ ਵਿੱਚ ਮੈਂ ਇੱਕ ਕਾਨਫਰੰਸ ਅਟੈਂਡ ਕਰ ਰਿਹਾ ਸੀ ਇਮੀਗ੍ਰੇਸ਼ਨ ਵੱਲੋਂ ਉਹ 'ਚ ਉਹਨਾਂ ਨੇ ਦੱਸਿਆ ਕਿ ਇੰਡੀਆ ਤੋਂ ਜਿੰਨੀਆਂ ਲੈਟਰ ਆਫ ਅਸੈਪਟੈਂਸ ਅੰਬੈਸੀ 'ਚ ਅਪਲਾਈ ਹੁੰਦੀਆਂ ਉਹ 9% ਫਰੋਡ ਨੇ ਉਹਦੇ ਵਿੱਚ ਅੱਛਾ ਜੀ ਸੋ ਮਤਲਬ ਹਰ 100 ਦੇ ਪਿੱਛੇ 9 ਲੈਟਰ ਆਫ ਅਸੈਪਟੈਂਸ ਇੱਦਾਂ ਦੀਆਂ ਜਿਹੜੀਆਂ ਕਾਲਜ ਨੇ ਇਸ਼ੂ ਹੀ ਨਹੀਂ ਕੀਤੀਆਂ ਤੁਹਾਡੇ ਏਜੰਟ ਦੇ ਕੰਸਲਟੈਂਟ ਨੇ ਆਪਣੇ ਘਰ ਹੀ ਬਣਾ ਕੇ ਛਾਪ ਕੇ ਅਤੇ ਤੁਹਾਡਾ ਅੰਬੈਸੀ 'ਚ ਵੀਜ਼ਾ ਅਪਲਾਈ ਕਰਤਾ ਲੱਗ ਗਿਆ ਤਾਂ ਬਹੁਤ ਵਧੀਆ ਨਹੀਂ ਲੱਗਾ ਤਾਂ ਤੁਹਾਡੀ ਕਿਸਮਤ ਉਹਦਾ ਕੁਛ ਨਹੀਂ ਜਾਂਦਾ ਜੀ ਬਿਲਕੁਲ ਸਹੀ ਅੱਛਾ ਇੱਕ ਹੋਰ ਨਵੇਕਲੇ ਤਰ੍ਹਾਂ ਦੀ ਠੱਗੀ ਜਿਹੜੀ ਹੈ ਇਹ ਕੰਸਲਟੈਂਟ ਵੱਲੋਂ ਨਹੀਂ ਹੈ ਇਹ ਕੁਛ ਪਰਿਵਾਰਾਂ ਵੱਲੋਂ ਹੋ ਰਹੀ ਹੈ ਅਤੇ ਕਿਉਂਕਿ ਮੇਰੇ ਕੋਲ ਇੱਕ ਕਾਲ ਆਈ ਜਿਹੜੀ ਮੈਂ ਤੁਹਾਡੇ ਨਾਲ ਡਿਸਕਸ ਕਰਨੀ ਚਾਹੂੰਗਾ ਮੈਨੂੰ ਪਤਾ ਨਹੀਂ ਵੀ ਤੁਸੀਂ ਉਹਦਾ ਜਵਾਬ ਦੇਣਾ ਪਸੰਦ ਕਰੋਗੇ ਜਾਂ ਨਹੀਂ ਕਰੋਗੇ ਆਪਾਂ ਜਾਣਦੇ ਹਾਂ ਕਿ ਕੁੜੀਆਂ ਜਿਹੜੀਆਂ ਪੜ੍ਹਨ ਦੇ ਵਿੱਚ ਲਾਇਕ ਹੁੰਦੀਆਂ ਨੇ ਅਤੇ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਦੇ ਆ ਪੰਜਾਬ ਵਿੱਚ ਜਿਹਨਾਂ ਨੂੰ ਆਪਣੇ ਮੁੰਡਿਆਂ ਬਾਰੇ ਪਤਾ ਵੀ ਇਹ ਨਲਾਇਕ ਕੋਲੋਂ ਆਇਲਟਸ ਤਾਂ ਕਦੀ ਵੀ ਨਹੀਂ ਹੋਣੀ ਠੀਕ ਹੈ ਫਿਰ ਉਹ ਇਸ ਤਰ੍ਹਾਂ ਦੀ ਕੁੜੀ ਲੱਭਦੇ ਆ ਵੀ ਜਿਹੜੀ ਲਾਇਕ ਹੋਵੇ ਪੜ੍ਹੀ ਲਿਖੀ ਹੋਵੇ ਜਿਹੜੇ ਆਇਲਟਸ ਕਰ ਲਏ ਫਿਰ ਮੁੰਡੇ ਦੇ ਮਾਪੇ ਜਿਹੜੇ ਆ ਉਹ ਪੈਸੇ ਲਾ ਕੇ ਕੁੜੀ ਨੂੰ ਭੇਜ ਦਿੰਦੇ ਆ ਵੀ ਤੂੰ ਆਇਲਸ ਕਰ ਉੱਥੇ ਪਹੁੰਚ ਉੱਥੇ ਪੜ੍ਹ ਅਤੇ ਬਾਅਦ ਸਾਡੇ ਮੁੰਡੇ ਨੂੰ ਸੱਦ ਨਹੀਂ ਅਤੇ ਬਹੁਤੀ ਵਾਰ ਕੁੜੀਆਂ ਉਹਦੇ 'ਚ ਮੁੱਕਰ ਜਾਂਦੀਆਂ ਨੇ ਇਹ ਵੀ ਇੱਕ ਅਜੀਬ ਤਰ੍ਹਾਂ ਦੀ ਠੱਗੀ ਜਿਹੜੀ ਸ਼ੁਰੂ ਹੋਈ ਇਹ ਤਾਂ ਬੜਾ ਸੌਖਾ ਕੰਮ ਹੈ ਜੀ ਅਖਬਾਰ ਚੁੱਕ ਲਓ ਅੱਜ ਕੋਈ ਵੀ ਪੰਜਾਬ ਦੇ ਵਿੱਚ ਜਿਹੜੀ ਵੀ ਅਖਬਾਰ ਚੁੱਕ ਲਓ ਤੁਸੀਂ ਅਖਬਾਰਾਂ 'ਚ ਐਡ ਹੈ ਕਿ 6 ਬੈਡ ਕੀਤੀ ਕੁੜੀ ਚਾਹੀਦੀ ਹੈ ਗ੍ਰੈਜੂਏਟ ਆਇਲਸ ਕੀਤੀ ਕੁੜੀ ਚਾਹੀਦੀ ਹੈ ਜਾਂ ਆਇਲਸ ਕਰ ਰਹੀ ਕੁੜੀ ਚਾਹੀਦੀ ਹੈ ਖਰਚਾ ਸਾਰਾ ਮੁੰਡੇ ਵੱਲੋਂ ਸੋ ਇਹ ਤਾਂ ਬੜਾ ਪੁਰਾਣਾ ਚੱਲਦਾ ਆ ਰਿਹਾ ਇਸੇ ਗੱਲ ਕਰਕੇ ਅੱਜ ਦੀ ਡੇਟ 'ਚ ਜੇ ਆਸਟ੍ਰੇਲੀਆ ਦੀ ਗੱਲ ਕਰ ਲਈਏ ਤਾਂ ਆਸਟ੍ਰੇਲੀਅਨ ਯੂਨੀਵਰਸਿਟੀਆਂ ਨੇ ਟਾਈਮ ਡਿਊਰੇਸ਼ਨ ਰੱਖਤੀ ਕਿ ਜੇ ਕਿਸੇ ਨੇ ਹਸਬੈਂਡ ਵਾਈਫ ਨੇ ਜਾਣਾ ਤਾਂ ਉਹਨਾਂ ਦਾ ਵਿਆਹ ਸਾਲ ਪੁਰਾਣਾ ਹੋਣਾ ਚਾਹੀਦਾ 2 ਸਾਲ ਪੁਰਾਣਾ ਹੋਣਾ ਚਾਹੀਦਾ ਰੀਸੈਂਟ ਵਿਆਹ ਵਾਲਿਆਂ ਨੂੰ ਐਡਮਿਸ਼ਨ ਦੇ ਕੇ ਨਹੀਂ ਰਾਜ਼ੀ ਹੈਗੀਆਂ ਮੋਸਟ ਆਫ ਦੀ ਯੂਨੀਵਰਸਿਟੀ ਕੈਨੇਡਾ ਦੀ ਗੱਲ ਕਰ ਲਈਏ ਕਿਤੇ ਵੀ ਕੈਨੇਡਾ ਦੇ ਰੂਲ ਬੁੱਕ 'ਚ ਇਹ ਨਹੀਂ ਲਿਖਿਆ ਕਿ ਹਸਬੈਂਡ ਵਾਈਫ ਇਕੱਠੇ ਨਹੀਂ ਆ ਸਕਦੇ ਪਰ ਕਦੀ ਵੀਜ਼ਾ ਨਹੀਂ ਲੱਗਦਾ ਤੁਸੀਂ ਅਪਲਾਈ ਕਰਕੇ ਦੇਖ ਲਓ ਬਹੁਤ ਸਾਰੇ ਲੋਕਾਂ ਨੇ ਪੰਜਾਬ 'ਚ ਰੌਲਾ ਪਾ ਕੇ ਦੇਖ ਲਿਆ ਜੀ ਇਕੱਠੇ ਭੇਜਾਂਗੇ ਇਕੱਠੇ ਭੇਜਾਂਗੇ ਮੈਨੂੰ ਨਹੀਂ ਲੱਗਦਾ ਕਿਸੇ ਦਾ ਇੱਕ ਵੀਜ਼ਾ ਵੀ ਹਸਬੈਂਡ ਵਾਈਫ ਦਾ ਇਕੱਠੇ ਆਇਆ ਹੋਊਗਾ ਅਤੇ ਦੋਨੋਂ ਜਣੇ ਇੱਥੇ ਆ ਗਏ ਹੋਊਗੇ ਹੁਣ ਚੱਲਦਾ ਕੀ ਹੈ ਕਿ ਜੇ ਕੈਨੇਡਾ ਜਾਣਾ ਇਹੀ ਐਡ ਤੁਹਾਡੀ ਚੱਲ ਰਹੀ ਹੈ ਮੁੰਡਾ ਆਇਲਸ ਕਰ ਨਹੀਂ ਸਕਦਾ ਮੁੰਡੇ ਨੇ ਪੈਸੇ ਖਰਚਣੇ ਆ ਤਾਂ ਕੁੜੀ ਵਾਲਿਆਂ ਨੇ ਆਇਲਸ ਕਰਾ ਕੇ ਦੇ ਦੇਣੀ ਉਹ ਕੁੜੀ ਦਾ ਵੀਜ਼ਾ ਲੱਗ ਗਿਆ ਕੁੜੀ ਇੱਥੇ ਆ ਗਈ ਹੁਣ ਮੁੰਡੇ ਨੇ 6 ਮਹੀਨੇ ਬਾਅਦ ਉੱਥੋਂ ਦੀ ਵੀਜ਼ਾ ਅਪਲਾਈ ਹੋਣਾ 6 ਮਹੀਨੇ ਬਾਅਦ ਅਪਲਾਈ ਹੋਣਾ ਔਰ ਉਸ ਤੋਂ ਬਾਅਦ 4-6 ਮਹੀਨੇ ਹੋਰ ਲੱਗਣੇ 1 ਸਾਲ ਦਾ ਪ੍ਰੋਸੈਸ ਆ ਹੁਣ ਜਦੋਂ 1 ਸਾਲ ਦਾ ਪ੍ਰੋਸੈਸ ਸ਼ੁਰੂ ਹੁੰਦਾ ਉਸ ਤੋਂ ਪਹਿਲਾਂ ਕੁੜੀ ਕੈਨੇਡਾ ਪਹੁੰਚ ਗਈ ਕੁੜੀ ਨੇ ਇੱਥੇ ਦਾ ਕਲਚਰ ਦੇਖਣਾ ਸ਼ੁਰੂ ਕਰਤਾ ਇੱਥੇ ਦੇ ਤੌਰ ਤਰੀਕੇ 'ਚ ਆ ਗਈ ਅਗਲੀ ਕਈ ਵਾਰੀ ਸੋਚਦੀ ਹੈ ਕਿ ਮੈਂ ਆਇਲਸ ਕੀਤੀ ਆ ਮੈਂ ਗ੍ਰੈਜੂਏਟ ਸੀ 6.5 ਬੈਂਡ ਹੈ ਚੰਗੇ ਕਾਲਜ ਯੂਨੀਵਰਸਿਟੀ 'ਚ ਪੜ੍ਹਦੀ ਪਈ ਹਾਂ ਜਿਹੜੇ ਪੈਸੇ ਉਹਨਾਂ ਸੀ ਲਾਣੇ ਸੀ ਲਾ ਦਿੱਤੇ ਹੁਣ ਤਾਂ ਮੈਂ ਇੱਥੇ ਕਮਾਵਾਂਗੀ ਤਾਂ ਆਪਣੀ ਫੀਸ ਦੇ ਦਾਂਗੀ ਅਤੇ ਮੈਂ ਉਸ ਅਨਪੜ੍ਹ ਮੁੰਡੇ ਨੇ ਹੁਣ ਵਾਪਸ ਜਾ ਕੇ ਵਿਆਹ ਕਿਉਂ ਕਰਾਵਾਂ ਜੇ ਤੋਂ ਆਇਲਸ ਦੇ 5 ਬੈਂਡ ਨਹੀਂ ਸੀ ਲਿੱਤੇ ਜਾਂਦੇ ਬਿਲਕੁਲ ਸਹੀ ਠੀਕ ਹੈ ਬਹੁਤ ਸਾਰੇ ਰਿਸ਼ਤੇ ਇੱਦਾਂ ਹੁੰਦੇ ਆ ਔਰ ਪੁੱਗਦੇ ਵੀ ਆ ਔਰ ਚੱਲਦੇ ਵੀ ਆ
ਕਿਤੇ ਨਾ ਕਿਤੇ ਅਖਬਾਰਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਕਿ ਘਰਦਿਆਂ ਨੇ ਪੈਸੇ ਲੈ ਲਏ, ਕੁੜੀ ਉੱਥੇ ਪਹੁੰਚ ਗਈ। ਉਸ ਤੋਂ ਬਾਅਦ ਉਹ ਮੁੰਡੇ ਵਾਲੇ ਉਹਦੇ ਕੁੜੀ ਦੇ ਘਰਦਿਆਂ ਨੂੰ ਵੀ ਜਦੋਂ ਅਪਰੋਚ ਕਰਦੇ ਆ, ਉਹ ਤਾਂ ਸਿੱਧੇ ਹੀ ਕਹਿੰਦੇ ਸਾਡੀ ਕੁੜੀ ਤਾਂ ਸਾਡੇ ਨਾਲ ਗੱਲ ਹੀ ਨਹੀਂ ਕਰਦੀ ਉੱਥੇ ਪਹੁੰਚ ਕੇ, ਬਿਲਕੁਲ ਸਾਡਾ ਉਹਦੇ ਨਾਲ ਕੋਈ ਕੰਟੈਕਟ ਨਹੀਂ ਹੈਗਾ। ਸੋ ਅਲਟੀਮੇਟਲੀ ਬਾਹਰ ਜਾਣਾ ਜਾਂ ਬਾਹਰ ਜਾਣ ਬਾਰੇ ਸੋਚਣਾ, ਚਾਹੇ ਉਹ ਪੜ੍ਹਾਈ ਦੇ ਤੌਰ 'ਤੇ ਚਾਹੇ ਵਿਜ਼ਿਟਰ ਹੈ, ਬਹੁਤ ਵਧੀਆ ਗੱਲ ਹੈ, ਜ਼ਰੂਰ ਸੋਚਣਾ ਚਾਹੀਦਾ ਇੱਕ ਚੰਗੇ ਭਵਿੱਖ ਲਈ। ਮੈਂ ਕੁਛ ਸਾਲ ਪਹਿਲਾਂ ਜਦੋਂ ਪਹਿਲੀ ਵਾਰ ਕੈਨੇਡਾ ਆਉਣਾ ਸੀਗਾ ਅਤੇ ਮੈਨੂੰ ਕਿਸੇ ਮੇਰੇ ਮਿੱਤਰ ਨੇ ਭੇਜੀ ਸਪੋਂਸਰਸ਼ਿਪ ਭੇਜੀ, ਅਤੇ ਮੈਂ ਲੈ ਕੇ ਚਲ ਗਿਆ, ਚਲੋ ਵੀ ਫਸਟ ਟਾਈਮ ਅਪਲਾਈ ਕਰਨਾ, ਇਹ ਤੁਹਾਡੇ ਸੁਣਨ ਵਾਲੀ ਗੱਲ ਹੈ ਜੀ ਬਿਲਕੁਲ। ਉਹ ਮੈਨੂੰ ਕਹਿੰਦੇ ਜੀ ਆਹ ਸਾਡੀ ਚੈੱਕਲਿਸਟ ਹੈਗੀ ਹੈ, ਆਹ ਤੁਸੀਂ ਸਾਰੇ ਡਾਕੂਮੈਂਟ ਇਕੱਠੇ ਕਰ ਲਓ, ਅਤੇ ਫੀਸ ਕਿੰਨੀ? ਫੀਸ 55,000 ਪਲੱਸ ਅੰਬੈਸੀ ਫੀਸ, ਜਿੰਨੀ ਵੀ 60,000 ਦੇ ਕਰੀਬ ਬਣ ਗਈ। ਮੈਂ ਡਾਕੂਮੈਂਟ ਸਾਰੇ ਮੈਂ ਇਕੱਠੇ ਕਰਨੇ ਆ, 55,000 ਮੈਂ ਇਹਨਾਂ ਨੂੰ ਕਾਹਦਾ ਦਊਂਗਾ। ਮੈਂ ਕਿਸੇ ਨੂੰ ਉੱਦਾਂ ਹੀ ਜਾਣਕਾਰ ਨੂੰ ਪੁੱਛਿਆ, ਕਹਿੰਦਾ ਮੈਂ ਤੈਨੂੰ ਮਦਦ ਕਰ ਦਿੰਦਾ ਉਹ 'ਚ, ਠੀਕ ਹੈ। ਆਪਾਂ ਅਪਲਾਈ ਕਰਤਾ, 1,000 ਰੁਪਇਆ, 1,000 ਰੁਪਏ ਦੇ ਵਿੱਚ ਉਹਨਾਂ ਨੇ ਅਪਲਾਈ ਕਰਤਾ, ਅਤੇ ਆਪਣੇ ਟੋਟਲ 6,000 ਰੁਪਇਆ ਲੱਗਾ, ਜਿਹੜੇ 60,000 ਰੁਪਇਆ ਮੰਗ ਰਹੇ ਸੀਗੇ। ਥੋੜ੍ਹਾ ਜਿਹਾ ਅਵੇਅਰ ਹੋਣ ਦੀ ਲੋੜ ਹੈ ਜੇ ਤੁਸੀਂ ਜਾਣਕਾਰ ਤੁਹਾਨੂੰ ਕੋਈ ਮਿਲ ਜੇ। ਅੱਛਾ, ਇਹ ਤੁਸੀਂ ਗੱਲ ਕਰ ਰਹੇ ਸੀਗੇ ਤੁਸੀਂ ਤੁਹਾਡੇ ਤੋਂ 55,000 ਤਾਂ ਮੰਗਿਆ ਗਿਆ ਕਿਉਂਕਿ ਤੁਹਾਡੇ ਕੋਲ ਸਾਰੇ ਕਾਗਜ਼ ਸੀਗੇ ਜੀ, ਬਿਲਕੁਲ। ਉੱਥੇ ਐਡ ਇਹ ਚੱਲਦੀ ਆ, ਕੋਈ ਪੁਰਾਣੇ ਫੰਡ ਨਹੀਂ ਚਾਹੀਦੇ, ਅੱਛਾ ਜੀ, ਕੋਈ ਸਪੋਂਸਰ ਨਹੀਂ ਚਾਹੀਦੀ, ਕੋਈ ਹੋਰ ਚੀਜ਼ ਨਹੀਂ ਚਾਹੀਦੀ, ਤੁਸੀਂ ਆ ਜਾਓ, ਸਿਰਫ ਆਪਣਾ ਪਾਸਪੋਰਟ ਲੈ ਕੇ ਵੀਜ਼ਾ ਅਸੀਂ ਅਪਲਾਈ ਕਰਾਂਗੇ। ਹੁਣ ਤੁਹਾਡੇ ਕੋਲ ਤਾਂ ਕਾਗਜ਼ ਸੀਗੇ ਸਾਰੇ, ਤੁਸੀਂ ਸੋਚਿਆ ਕਿ ਮੈਂ 55,000 ਵੀ ਕਿਉਂ ਦੇਣਾ। ਹੁਣ ਉਹ ਬੰਦਾ ਜਿਹੜਾ ਕਹਿੰਦਾ ਯਾਰ ਮੇਰਾ ਤਾਂ ਉੱਥੇ ਕੋਈ ਰਹਿੰਦਾ ਨਹੀਂ, ਮੈਂ ਸਪੋਂਸਰ ਕਿੱਥੋਂ ਮੰਗਾਊਂਗਾ, ਮੇਰੇ ਕੋਲ ਤਾਂ ਬੈਂਕ ਦੇ ਵਿੱਚ ਪੈਸੇ ਵੀ ਨਹੀਂ ਹੈਗੇ, ਤਾਂ ਇਹ ਸਾਰਾ ਕੁਝ ਲਿਖਦਾ ਪਿਆ, ਇਹਦੀ ਐਡ 'ਚ ਲਿਖਿਆ ਕਿ ਸਾਰੇ ਤਾਂ ਕਾਗਜ਼ ਅਸੀਂ ਇਕੱਠੇ ਕਰਾਂਗੇ। ਉਹ 55,000 ਕੀ ਉਹ 5.5 ਲੱਖ ਰੁਪਏ ਨੂੰ ਵੀ ਤਿਆਰ ਹੈਗਾ ਕਿ ਭਾਜੀ ਹਾਂ ਵੀਜ਼ਾ ਲਵਾ ਕੇ ਦਿਓ, ਤਾਂ 5.5 ਲੱਖ, 5.5 ਲੱਖ ਵਿੱਚ ਸਾਨੂੰ ਜਿਹੜੀਆਂ ਹੁਣ ਕੁਛ ਖਬਰਾਂ ਸੁਣਨ ਨੂੰ ਮਿਲੀਆਂ ਨੇ ਜਾਂ ਕੁਛ ਲੋਕਾਂ ਕੋਲੋਂ ਇਹ ਇਨਫੋਰਮੇਸ਼ਨ ਮਿਲੀ ਹੈ ਕਿ 5.5 ਲੱਖ ਤੇ ਕੋਈ ਚੀਜ਼ ਨਹੀਂ ਰਹਿ ਗਈ, 20 ਤੋਂ 30 ਲੱਖ ਰੁਪਏ ਤੱਕ ਵਿਜ਼ਟਰ ਵੀਜ਼ੇ ਦਾ ਲੋਕ ਦੇ ਰਹੇ ਹੈ, ਇੰਨੇ ਜ਼ਿਆਦਾ ਲੋਕ ਠੱਗੇ ਜਾ ਰਹੇ ਜੀ। ਔਰ ਇਹ ਕਹਿ ਕੇ ਲੈ ਜਾ ਰਹੇ ਆ ਕਿ ਐਮਬੈਸੀ ਦੇ ਵਿੱਚ ਸੈਟਿੰਗ ਹੈਗੀ ਆ ਬਿਲਕੁਲ ਕਿ ਸਾਡਾ ਵੀਜ਼ਾ ਨਹੀਂ ਰਿਫਿਊਜ਼ ਹੁੰਦਾ। ਮੈਂ ਅੱਜ ਤੱਕ ਨਹੀਂ ਦੇਖਿਆ ਕਿਸੇ ਬੰਦੇ ਦੀ ਕਿਸੇ ਐਮਬੈਸੀ ਦੇ ਵਿੱਚ ਪਰਮਿਸ਼ਨ ਵੀ ਹੋਵੇ ਕਿ ਤੂੰ ਅੰਦਰ ਵੜ ਜਾ ਬਿਨਾਂ ਉਹਨਾਂ ਤੋਂ ਅਪੁਆਇੰਟਮੈਂਟ ਲਿੱਤੇ, ਤਾਂ ਵੀਜ਼ਾ ਲਵਾਉਣ ਦੀ ਸੈਟਿੰਗ ਜਿਹੜੀ ਹੈਗੀ ਆ ਉਹ ਪਤਾ ਨਹੀਂ ਕਿੱਥੋਂ ਦੀ ਬਣਦੀ ਹੈ ਜਾਂ ਕੌਣ ਤੁਹਾਡੇ ਲੋਕਾਂ ਦੇ ਦਿਮਾਗ 'ਚ ਪਾ ਦਿੰਦਾ ਕਿ ਹਾਂ ਇਸ ਬੰਦੇ ਕੋਲੋਂ ਵੀਜ਼ਾ ਅਪਲਾਈ ਕਰਾਂਗੇ ਤਾਂ 100% ਵੀਜ਼ਾ ਲੱਗਾ ਹੀ ਪਿਆ ਜੀ। ਹੋਰ ਕਿਸ ਤਰ੍ਹਾਂ ਦੀ ਠੱਗੀ ਹੁੰਦੀ ਹੈ? ਇਹ ਤਾਂ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਹੁਣ ਸਾਹਮਣੇ ਆ ਰਹੀਆਂ, ਹੋਰ ਕਿਸ ਕਿਸ ਤਰ੍ਹਾਂ ਦੀ ਠੱਗੀ ਤੁਹਾਨੂੰ ਵੇਖਣ ਨੂੰ ਮਿਲੀ ਹੈ ਜਾਂ ਕਿਸ ਤਰ੍ਹਾਂ ਦੀ ਤੁਹਾਡੇ ਸਾਹਮਣੇ ਉਦਾਹਰਣਾਂ ਨੇ? ਦੇਖੋ ਮੋਸਟਲੀ ਤਾਂ ਪੈਸੇ ਦੇ ਨਾਲ ਰਿਲੇਟਡ ਹੀ ਹੈ। ਹੁਣ ਪੈਸੇ ਦੇ ਨਾਲ ਰਿਲੇਟਡ ਇੱਕ ਹੋਰ ਆ ਜਾਈਏ ਕਿ ਭਾਈ ਮੈਂ ਤਾਂ ਜੀ ਕਮਿਊਨਿਟੀ ਕਾਲਜ 'ਚ ਐਡਮਿਸ਼ਨ ਲਈ ਆ, ਹਾਂਜੀ ਲਈ ਹੈ ਜੀ, ਮੈਨੂੰ ਤਾਂ ਪੈਸੇ ਭੇਜਣੇ ਪੈਣੇ ਆ, ਠੀਕ ਹੈ ਜੀ, ਭੇਜਣੇ ਪੈਣੇ ਆ। ਜਦੋਂ ਪੈਸੇ ਭੇਜਣੇ ਆ ਤਾਂ ਤੁਹਾਨੂੰ ਪੁੱਛਿਆ ਜਾਂਦਾ ਕਿ ਜੀ ਇਹ ਪੈਸੇ ਕਿੱਥੋਂ ਭੇਜੇ ਜਾਣ, ਠੀਕ ਹੈ। ਏਜੰਟ ਨੂੰ ਪੁੱਛਦੇ ਹੋ ਤੁਸੀਂ, ਇੱਕ ਸਟੂਡੈਂਟ ਪੁੱਛਦਾ ਕਿ ਆਹ ਮੇਰੀ ਆਫਰ ਲੈਟਰ ਆ ਗਈ, ਆ ਹੁਣ ਅਕਾਊਂਟ ਡਿਟੇਲ ਦਿੱਤੀ, ਹੁਣ ਇਹ ਪੈਸੇ ਮੈਂ ਕਿੱਥੋਂ ਭੇਜਾਂ? ਉਹ ਕਹਿੰਦਾ ਤੇਰਾ ਅਕਾਊਂਟ ਕਿਹੜੇ ਬੈਂਕ 'ਚੋਂ? ਕਹਿੰਦਾ HDFC। ਨਹੀਂ ਨਹੀਂ HDFC 'ਚੋਂ ਨਾ ਭੇਜੀ, ਤੂੰ ਇੱਦਾਂ ਕਰ ਆਹਲਾ ਫਾੜਾ ਫਲਾਨੇ ਫੋਰਨ ਐਕਸਚੇਂਜ ਵਾਲੇ ਦਾ ਫੋਨ ਨੰਬਰ ਹੈਗਾ, ਅੱਛਾ ਜੀ, ਇਹਨਾਂ ਨਾਲ ਗੱਲ ਕਰ ਲਾ ਅਤੇ ਇਹ ਤੇਰੇ ਪੈਸੇ ਟ੍ਰਾਂਸਫਰ ਕਰਾਉਣਗੇ, ਠੀਕ ਹੈ। ਠੀਕ ਹੈ ਜੀ, $15,000 ਕਾਲਜ ਦੀ ਫੀਸ ਹੈ, $10,000 GIC ਦਾ, $25,000 ਹੋ ਗਿਆ ਜੀ। ਹੁਣ ਉਹ $25,000 ਦਾ ਅੱਜ ਦੀ ਰੇਟ 'ਚ ਡਾਲਰ ਦਾ ਜੇ ਰੇਟ ਚੱਲਦਾ ਪਿਆ 52 ਰੁਪਏ, ਤੁਸੀਂ ਉਸ ਫੋਰਨ ਐਕਸਚੇਂਜ ਵਾਲੇ ਨਾਲ ਗੱਲ ਕੀਤੀ, ਉਹਨੂੰ ਪੁੱਛਦੇ ਹੋ ਕਿ ਮੈਂ ਪੈਸੇ ਟ੍ਰਾਂਸਫਰ ਕਰਨੇ, ਉਹ ਕਹਿੰਦੇ ਜੀ ਪੈਸੇ ਤਾਂ ਤੁਹਾਡੇ ਅਗਲੇ ਦਿਨ ਹੀ ਪਹੁੰਚ ਜਾਣਗੇ, ਜਿਹੜਾ ਰੇਟ ਉਹ 56 ਰੁਪਏ ਹੈ, ਠੀਕ ਹੈ। ਹੁਣ ਉਹ 56 ਰੁਪਏ ਦੇ ਹਿਸਾਬ ਨਾਲ ਤੁਹਾਡੇ ਪੈਸੇ ਟ੍ਰਾਂਸਫਰ ਹੁੰਦੇ, $4 ਦੇ ਮਗਰ ਉਹ ਮਾਰਜਨ ਰੱਖਿਆ ਜਾਂਦਾ, $25,000 ਦਾ 4 ਰੁਪਏ ਦੇ ਹਿਸਾਬ ਨਾਲ ₹1,00,000 ਹੋ ਗਿਆ ਜੀ, ਬਿਲਕੁਲ। ਹੁਣ ਤੁਸੀਂ ਵੀਜ਼ਾ ਅਪਲਾਈ ਕਰ ਦਿਓ, ਉਸ ਤੋਂ ਬਾਅਦ ਤੁਹਾਡਾ ਵੀਜ਼ਾ ਲੱਗ ਜੇ, ਤੁਹਾਡਾ ਵੀਜ਼ਾ ਰਿਫਿਊਜ਼ ਹੋ ਜੇ, ਤੁਹਾਨੂੰ ਤਾਂ ਪੈਸੇ ਮੁੜ ਜਾਣੇ, ਪਰ ਉਹ ₹1,00,000 ਜਿਹੜਾ ਕਮਿਸ਼ਨ ਦਾ ਗਿਆ $4 ਉੱਤੇ ਦੇ ਨਾਲ, ਉਹ ਨਹੀਂ ਜੇ ਕਿਸੇ ਪਾਸਿਓ ਮੁੜਨਾ, ਬਿਲਕੁਲ ਸਹੀ। ਉਹ ਤੁਹਾਨੂੰ ਇਹੀ ਕਿਹਾ ਜਾਣਾ ਕਿ ਬੈਂਕ 'ਚੋਂ ਪੈਸੇ ਜਾਣ ਦਾ ਰੇਟ ਹੋਰ ਹੁੰਦਾ, ਵਾਪਸ ਆਉਣ ਦਾ ਰੇਟ ਹੋਰ ਹੁੰਦਾ, ਹਾਂ ਹੁੰਦਾ, ਪਰ ਉਹਦੇ ਵਿੱਚ $1-$2 ਦਾ ਹੀ ਫਰਕ ਹੁੰਦਾ। ਜਦੋਂ ਜਾਂਦਾ ਰੁਪਈਆ ਮਹਿੰਗਾ ਲੱਗ ਜਾਂਦਾ, ਜਦੋਂ ਵਾਪਸ ਆਉਂਦਾ ਉਦੋਂ ਰੁਪਈਆ ਘੱਟ ਜਾਂਦਾ, ਉਹ ਬੈਂਕ ਮਾਰਜਨ ਹੈ 4-4, 5-5 ਰੁਪਏ, ਉਹ ਕੱਟ ਹੈ ਉਸ ਫੋਰਨ ਐਕਸਚੇਂਜ ਵਾਲੇ ਦਾ, ਉਹ ਕੱਟ ਹੈ ਉਸ ਏਜੰਟ ਦਾ ਜਿਹੜਾ ਤੁਹਾਡੇ ਪੈਸੇ ਭੇਜਦਾ, ਬਿਲਕੁਲ। ਜਦੋਂ ਤੁਸੀਂ ਪੈਸੇ ਟ੍ਰਾਂਸਫਰ ਹੀ ਉਦੋਂ ਕਰ ਰਹੇ ਜਦੋਂ ਵੀਜ਼ਾ ਲੱਗ ਗਿਆ, ਜਿਸ ਦਿਨ ਤੁਹਾਡਾ ਵੀਜ਼ਾ ਲੱਗ ਗਿਆ ਫਿਰ ਤੁਸੀਂ ਕੈਸ਼ ਦੇ ਦਿਓ, ਡਰਾਫਟ ਦੇ ਦਿਓ, ਚੈੱਕ ਦੇ ਦਿਓ, ਕੈਨੇਡਾ ਟ੍ਰਾਂਸਫਰ ਕਰ ਦਿਓ, ਅਮਰੀਕਾ ਟ੍ਰਾਂਸਫਰ ਕਰ ਦਿਓ, ਤੁਹਾਡਾ ਕੰਮ ਤਾਂ ਹੋ ਹੀ ਗਿਆ ਨਾ ਜੀ, ਤੁਹਾਡਾ ਵੀਜ਼ਾ ਲੱਗ ਗਿਆ, ਵੀਜ਼ਾ ਤੁਹਾਡੇ ਹੱਥ 'ਚ ਹੈ, ਤੁਹਾਡਾ ਕੰਸਲਟੈਂਟ ਤੁਹਾਨੂੰ ਕਹਿੰਦਾ ਕਿ ਮੈਨੂੰ ਕੈਸ਼ ਲਿਆ ਕੇ ਦਿਓ, ਤੁਸੀਂ ਕੈਸ਼ ਦੇ ਦਿਓ, ਉਹ ਕਹਿੰਦਾ ਮੈਨੂੰ ਡਰਾਫਟ ਬਣਾ ਦਿਓ, ਡਰਾਫਟ ਬਣਾ ਦਿਓ, ਕਿਉਂਕਿ ਹੁਣ ਤਾਂ ਕੁਛ ਹੋ ਹੀ ਨਹੀਂ ਸਕਦਾ, ਹੁਣ ਤਾਂ ਠੱਗੀ ਰਹਿ ਹੀ ਨਹੀਂ ਗਈ ਜੀ, ਹੁਣ ਵੀਜ਼ਾ ਲੱਗ ਗਿਆ, ਹੁਣ ਤੁਸੀਂ ਕੈਨੇਡਾ ਪਹੁੰਚ ਜਾਣਾ, ਸਾਰਾ ਕੁਛ ਹੋ ਗਿਆ। ਜਿੰਨੀ ਦੇਰ ਤੱਕ ਉਹ ਵੀਜ਼ਾ ਨਹੀਂ ਲੱਗਦਾ, ਉਨੀ ਦੇਰ ਤੱਕ ਬਹੁਤ ਤਰੀਕੇ ਨੇ, ਬਹੁਤ ਰਸਤੇ ਨੇ ਤੁਹਾਡੀ ਜੇਬ 'ਚੋਂ ਪੈਸੇ ਕਢਾਉਣ ਦੇ, ਬਿਲਕੁਲ। ਅਤੇ ਜੇ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੈ, ਤੁਹਾਨੂੰ ਲੱਗਦਾ ਕਿ ਕਿਤੇ ਕੋਈ ਸ਼ੰਕਾ ਹੈ, ਭਾਵੇਂ ਤੁਸੀਂ ਵੀਜ਼ਾ ਕਿਤੇ ਵੀ ਅਪਲਾਈ ਕਰੋ,